ਵੈਲਕਮ ਸਟੂਡੈਂਟਸ ਪਿਛਲੀ ਵੀਡੀਓ ਦੇ ਵਿੱਚ ਅਸੀਂ ਐਨਪੀ ਦੀਆਂ ਰეკਮੈਂਡੇਸ਼ਨਸ ਕੀਤੀਆਂ ਨੇ ਨੀਤੀ ਕੀ ਹੁੰਦੀ ਹੈ ਇਸ ਬਾਰੇ ਪੜਿਆ ਤਾਂ ਹੁਣ ਅਸੀਂ ਕਰਾਂਗੇ ਕ੍ਰਿਟੀਕਲ ਰੀਡਿੰਗ ਆਫ ਐਨਪੀ 1986 ਤਾਂ ਇਸ ਪੇਪਰ ਦੇ ਵਿੱਚ ਤੁਹਾਡੀ ਵਰਡਿੰਗ ਆ ਜਿਹੜੀ ਇਸ ਦੀ ਅਸੀਂ ਸਿੱਧਾ ਨਹੀਂ ਕਰਨੀ ਆ ਤਾਂ ਅਸੀਂ ਜਿਹੜੀ ਆਲੋਚਨਾਤਮਕ ਅਧਿਐਨ ਆ ਉਹਦੇ ਵਿੱਚ ਕਰਨੀਆਂ ਮੈਰਿਟਸ ਡੀ ਮੈਰਿਟਸ ਨੇ ਪਰ ਇਹਨਾਂ ਨੂੰ ਥੋੜਾ ਜਿਹਾ ਚੇਂਜ ਕਰਕੇ ਅਸੀਂ ਲਿਖਣਾ ਹੈ ਕ੍ਰਿਟੀਕਲ ਰੀਡਿੰਗ ਦਾ ਹੈਡਿੰਗ ਦੇ ਕੇ ਅਸੀਂ ਜਿਹੜਾ ਐਨਪੀ ਇਹਦਾ ਕੁਐਸਚਨ ਆਊਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਗੁਣ ਨੇ ਮੈਰਿਟਸ ਆਫ ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ ਇਹਦੇ ਕੀ ਗੁਣ ਨੇ ਨੈਸ਼ਨਲ ਸਿਸਟਮ ਆਫ ਐਜੂਕੇਸ਼ਨ ਕਿਉਂਕਿ ਇਹ ਕੌਮੀ ਸਿੱਖਿਆ ਨੀਤੀ ਆ ਰਾਸ਼ਟਰੀ ਸਿੱਖਿਆ ਪ੍ਰਣਾਲੀ ਦੀ ਵਿਵਸਥਾ ਕਰਦੀ ਹੈ ਇਹਦਾ ਲਾਭ ਇਹ ਹੈ ਕਿ ਸਾਰੇ ਦੇਸ਼ ਦਾ ਵਿੱਦਿਅਕ ਢਾਂਚਾ ਜਿਹੜਾ ਇੱਕਸਾਰ ਹੋ ਗਿਆ ਸਾਰੇ ਦੇਸ਼ ਦਾ ਵਿੱਦਿਅਕ ਢਾਂਚਾ ਜਿਹੜਾ ਉਹ ਇੱਕਸਾਰ ਤੇ ਇਸ ਪ੍ਰਣਾਲੀ ਦੇ ਲਾਗੂ ਹੋਣ ਤੋਂ ਰਾਸ਼ਟਰੀ ਪੱਧਰ ਦੇ 10 ਜਮਾ 2 ਜਮਾ 3 ਦੀ ਵਿਵਸਥਾ ਲਾਗੂ ਕੀਤੀ ਗਈ ਹੈ ਤਾਂ ਨੈਸ਼ਨਲ ਲੈਵਲ ਤੇ ਸਾਰੇ ਦੇਸ਼ ਦੀ ਜਿਹੜੀ ਇਹ ਪ੍ਰਣਾਲੀ ਚਾਲੂ ਹੋਈ ਵੀ ਹੈ ਫਿਰ ਬੇਸਡ ਔਨ ਬੇਸਿਕ ਵੈਲਿਊਜ਼ ਜਿਹੜੀ ਸਿੱਖਿਆ ਨੀਤੀ ਆ ਪੂਰੀ ਤਰ੍ਹਾਂ ਨਾਲ ਲੋੜੀਂਦੀਆਂ ਤੇ ਮੂਲ ਕੀਮਤਾਂ ਤੇ ਆਧਾਰਿਤ ਆ ਜਿਹੜੀ ਪ੍ਰਸਤਾਵਨਾ ਸੰਵਿਧਾਨ ਵਿੱਚ ਦਰਸਾਈ ਗਈ ਹੈ ਨੀਤੀ ਉਸ ਦਾ ਪੂਰਾ ਅਕਸ਼ ਦਿਖਾਈ ਦਿੰਦੀ ਹੈ ਫਿਰ ਇਹ ਪੂਰੀ ਤਰ੍ਹਾਂ ਮਨੁੱਖ ਕੇਂਦਰਿਤ ਮੈਨ ਸੈਂਟਰਡ ਕੰਪਲੀਟਲੀ ਨਵੀਂ ਸਿੱਖਿਆ ਨੀਤੀ ਦਾ ਮੁੱਖ ਮੰਤਵ ਮਨੁੱਖੀ ਸਮਾਜ ਦਾ ਪੂਰੀ ਤਰ੍ਹਾਂ ਨਾਲ ਵਿਕਾਸ ਕਰਨਾ ਹੈ ਨੀਤੀ ਇਸ ਵਾਸਤੇ ਦ੍ਰਿੜ ਸੰਕਲਪੀ ਹੈ ਕਿ ਮਨੁੱਖ ਦਾ ਉੱਚ ਕੀਮਤਾ ਨਾਲ ਵਿਕਾਸ ਕੀਤਾ ਜਾਵੇ ਫਿਰ ਇਹ ਘੱਟੋ ਘੱਟ ਸਿੱਖਣ ਦਾ ਪੱਧਰ ਮਿਨੀਮਮ ਲੈਵਲ ਆਫ ਲਰਨਿੰਗ ਨਵੀਂ ਸਿੱਖਿਆ ਨੀਤੀ ਹੈ ਜਿਹੜੀ ਇਸ ਦੀ ਨਵੀਂ ਸਿੱਖਿਆ ਪ੍ਰਣਾਲੀ ਹੈ ਜਿਹੜੀ ਉਸ ਦੇ ਵਿੱਚ ਇਸ ਗੱਲ ਦੀ ਵਿਵਸਥਾ ਕੀਤੀ ਗਈ ਹੈ ਕਿ ਸਿੱਖਿਆ ਦੇ ਹਰੇਕ ਪੱਧਰ ਤੇ ਰਾਸ਼ਟਰੀ ਪੱਧਰ ਤੇ ਸਿੱਖਣ ਦਾ ਘੱਟੋ ਘੱਟ ਪੱਧਰ ਨਿਸ਼ਚਿਤ ਕੀਤਾ ਜਾਵੇ ਭਾਵੇਂ ਕਿਸੇ ਵੀ ਜਮਾਤ ਵਿੱਚ ਪੜ ਰਹੇ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਦੇ ਹਿਸਾਬ ਨਾਲ ਪਾਠਕ੍ਰਮ ਦੀ ਰਚਨਾ ਕੀਤੀ ਜਾਵੇ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਵਿਦਿਆਰਥੀ ਨੇ ਉਸ ਪਾਠਕ੍ਰਮ ਦਾ ਗਿਆਨ ਹਾਸਲ ਕਰਕੇ ਘੱਟੋ-ਘੱਟ ਨਿਸ਼ਚਿਤ ਸਿੱਖਿਆ ਪ੍ਰਾਪਤ ਕਰਨ ਲਈ ਹੈ ਫਿਰ ਹੈਗਾ ਕਲੀਅਰ ਟਾਰਗੇਟ ਸਪੈਸਟ ਸਪਸ਼ਟ ਟੀਚੇ ਕੌਮੀ ਸਿੱਖਿਆ ਨੀਤੀ ਵਿੱਚ ਸਿੱਖਿਆ ਦੇ ਟੀਚੇ ਬਿਲਕੁਲ ਸਪਸ਼ਟ ਹਨ ਨੀਤੀ ਵਿੱਚ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ ਸਦੀ ਦੇ ਅੰਤ ਤੱਕ ਸਮਾਜ ਵਿੱਚ ਹਰ ਪੱਧਰ ਦੇ ਵਿਆਪਕ ਤਬਦੀਲੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿੱਖਿਆ ਦੇ ਉਦੇਸ਼ ਇਸ ਤਰ੍ਹਾਂ ਨਿਰਧਾਰਿਤ ਕੀਤੇ ਗਏ ਹਨ ਕਿ 21ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਮਜ਼ਬੂਤ ਰਾਸ਼ਟਰ ਦੇ ਰੂਪ ਵਿੱਚ ਸਥਾਪਨਾ ਹੋ ਸਕੇ ਮੌਜੂਦਾ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ 1990 ਤੋਂ ਬਾਅਦ ਦੇਸ਼ ਵਿੱਚ ਵਿਆਪਕ ਪੱਧਰ ਤੇ ਬਦਲਾਅ ਆਇਆ ਹੈ ਕੌਮੀ ਸਿੱਖਿਆ ਨੀਤੀ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਆ ਇਹ ਲਾਹਵਾ ਕੌਮੀ ਸਿੱਖਿਆ ਨੀਤੀ ਦਾ ਗੁਣ ਫਿਰ ਡੀਸੈਂਟਰਲਾਈਜੇਸ਼ਨ ਨੀਤੀ ਇਹ ਜਿਹੜੀ ਉਹ ਵਿਕੇਂਦਰੀਕਰਨ ਵਿੱਚ ਵਿਸ਼ਵਾਸ ਰੱਖਦੀ ਆ ਨੀਤੀ ਵਿੱਚ ਇਸ ਗੱਲ ਦੀ ਵਿਵਸਥਾ ਕੀਤੀ ਗਈ ਆ ਕਿ ਵਿਦਿਅਕ ਢਾਂਚੇ ਦਾ ਪ੍ਰਬੰਧ ਕਿਸੇ ਇੱਕ ਅਧੀਨ ਨਾ ਰਹਿ ਕੇ ਵਕ-ਵਕ ਸੰਸਥਾਵਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਏ ਨੀਤੀ ਵਿੱਚ ਕੇਂਦਰ ਰਾਜ ਜ਼ਿਲ੍ਹਾ ਤੇ ਸਥਾਨਕ ਪੱਧਰ ਦੇ ਨਾਨ ਨਾਲ ਇਚੁਕਸ ਸਸਥਾਵਨ ਨੂੰ ਵੀ ਸਕੂਲ ਪ੍ਰਬੰਧ ਸੰਭਾਲਣ ਦੀ ਵਿਵਸਥਾ ਕਰਦੀ ਹੈ ਫਿਰ ਹੈਗਾ ਸਵੈ ਰੋਜਗਾਰ ਨੀਤੀ ਦਾ ਮੁੱਖ ਮੰਤਵ ਦੇਸ਼ ਦੇ ਲੋਕਾਂ ਨੂੰ ਸਿੱਖਿਆ ਪ੍ਰਣਾਲੀ ਦੁਆਰਾ ਰੋਜਗਾਰ ਦਾ ਪ੍ਰਬੰਧ ਕਰਨਾ ਹੈ ਨੀਤੀ ਇਸ ਗੱਲ ਦੀ ਵਿਵਸਥਾ ਕਰਦੀ ਹੈ ਕਿ ਸਿੱਖੇ ਘਟਾਂਚਾ ਬੱਚਿਆਂ ਨੂੰ ਇਸ ਯੋਗ ਬਣਾ ਗਵੇ ਕਿ ਉਹਨਾਂ ਨੂੰ ਭਵਿੱਖ ਵਿੱਚ ਕਿਤੇ ਕੋਈ ਵੀ ਸਮੱਸਿਆ ਨਾ ਆਵੇ ਫਿਰ ਹੈਗੀ ਕੀਤਾ ਮੁਖੀ ਸਮੱਸਿਆ ਵੋਕੇਸ਼ਨਲ ਐਜੂਕੇਸ਼ਨ ਸਿੱਖਿਆ ਨੀਤੀ ਆ ਜਿਹੜੀ ਉਹਦੇ ਵਿੱਚ ਕੀਤਾ ਮੁਖੀ ਸਿੱਖਿਆ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਏ ਨੀਤੀ ਇਸ ਗੱਲ ਤੇ ਜ਼ੋਰ ਦਿੰਦੀ ਆ ਕਿ ਨੌਜਵਾਨ ਵਰਗ ਨੂੰ ਨਵੇਂ ਰਾਸ਼ਟਰ ਦੇ ਨਿਰਮਾਣ ਵਿੱਚ ਵਿਆਪਕ ਪੱਧਰ ਤੇ ਸ਼ਾਮਲ ਕੀਤਾ ਜਾਵੇ ਤਾਂ ਕਿ ਦੇਸ਼ ਮਜ਼ਬੂਤ ਆਰਥਿਕ ਸ਼ਕਤੀ ਸਮਾਜਵਾਦੀ ਆਤਮ ਨਿਰਪਰ ਤੇ ਲੋਕਤੰਤਰੀ ਕੀਮਤਾਂ ਪ੍ਰਾਪਤ ਕਰ ਸਕੇ ਅੱਗੇ ਹੈਗੀ ਇਹਦੀ ਮੈਰਿਟ ਇਕਵੈਲਟੀ ਬੇਸਡ ਐਜੂਕੇਸ਼ਨ ਸਮਾਨਤਾ ਆਧਾਰਿਤ ਸਿੱਖਿਆ ਹੈ ਕੌਮੀ ਸਿੱਖਿਆ ਨੀਤੀ ਹੈ ਜਿਹੜੀ ਸੰਵਿਧਾਨ ਵਿੱਚ ਦਿੱਤੇ ਗਏ ਉਪਬੰਧਾਂ ਪ੍ਰਤੀ ਧ੍ਰਿੜ ਸੰਕਲਪ ਰੱਖਦੀ ਹੈ ਨੀਤੀ ਇਸ ਗੱਲ ਦੀ ਵਿਵਸਥਾ ਕਰਦੀ ਹੈ ਕਿ ਜਾਤ ਧਰਮ ਨਸਲ ਲਿੰਗ ਜਾਂ ਹੋਰ ਕਿਸੇ ਵਿਤਕਰੇ ਦੀ ਅਣਹੋਂਦ ਵਿੱਚ ਸਾਰੇ ਬੱਚਿਆਂ ਲਈ ਸਿੱਖਿਆ ਦੀ ਵਿਵਸਥਾ ਹੋਵੇ ਨੀਤੀ ਵਿਆਪਕ ਪੱਧਰ ਤੇ ਸਿੱਖਿਆ ਦਿੱਤੇ ਜਾਣ ਦੀ ਵਿਵਸਥਾ ਕਰਦੀ ਹੈ ਤਾਂ ਕਿ ਸਮਾਜ ਵਿੱਚ ਇਕਸਾਰਤਾ ਲਿਆ ਕੇ ਸਾਰੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ ਫਿਰ ਅਗਰ ਡਿਗਰੀਆਂ ਨੂੰ ਵੱਖ ਕਰਨਾ ਡੀ ਲਿੰਕਿੰਗ ਦਾ ਡਿਗਰੀਜ਼ ਕੌਮੀ ਸਿੱਖਿਆ ਨੀਤੀ ਦੀ ਅਹਿਮ ਵਿਸ਼ੇਸ਼ਤਾ ਇਹ ਹੈ ਕਿ ਜਿਸ ਵਿਅਕਤੀ ਕੋਲ ਡਿਗਰੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਿੱਖਿਆ ਤੇ ਅਤੇ ਗਿਆਨੀ ਹੈ ਡਿਗਰੀ ਤੇ ਡਿਪਲੋਮਾ ਸਿੱਖਿਕ ਪ੍ਰਾਪਤੀ ਦਾ ਇੱਕ ਪਹਿਲਾ ਪੜਾਅ ਨਹੀਂ ਬਣਾ ਕੇ ਬਣਾਏ ਰੱਖਣ ਲਈ ਜ਼ਰੂਰੀ ਹੈ ਸਿੱਖਿਆ ਦਾ ਮਿਆਰ ਤਾਂ ਕੌਮੀ ਸਿੱਖਿਆ ਨੀਤੀ ਇਸ ਗੱਲ ਦੀ ਵਿਵਸਥਾ ਕਰਦੀ ਹੈ ਕਿ ਸਿੱਖਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾ ਕੇ ਰੱਖਣਾ ਬਰਕਰਾਰ ਰੱਖਣਾ ਚਾਹੀਦਾ ਉਸ ਦਾ ਸਟੈਂਡਰਡ ਆ ਜਿਹੜਾ ਉਹ ਬਰਕਰਾਰ ਰੱਖਣਾ ਚਾਹੀਦਾ ਹੈ ਇਸ ਲਈ ਜ਼ਰੂਰੀ ਹੈ ਕਿ ਬਾਹਰੀ ਪ੍ਰੀਖਿਆਵਾਂ ਵਿੱਚ ਸੁਧਾਰ ਕੀਤਾ ਜਾਵੇ ਫਿਰ ਇਸਤਰੀ ਸਿੱਖਿਆ ਦੀ ਗੱਲ ਕੀਤੀ ਹੈ ਨੀਤੀ ਦੇ ਵਿੱਚ ਕਿ ਸਮਾਜ ਵਿੱਚ ਜਿਹੜੀਆਂ ਇਸਤਰੀਆਂ ਦੀ ਸਥਿਤੀ ਆ ਉਹ ਜਾਂ ਉਹਨਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਇਸਤਰੀਆਂ ਨੂੰ ਸਿੱਖਿਆ ਦੇ ਮੌਕੇ ਪੂਰੀ ਤਰ੍ਹਾਂ ਨਾਲ ਸਮਾਨਤਾ ਨਾਲ ਦੇਣੇ ਚਾਹੀਦੇ ਨੇ ਤਾਂ ਉਹਨਾਂ ਲਈ ਜਿਹੜੀਆਂ ਸਿੱਖਿਆ ਦੀਆਂ ਸਹੂਲਤਾਂ ਨੇ ਉਹ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਫਿਰ ਹੈਗਾ ਓਪਨ ਯੂਨੀਵਰਸਿਟੀ ਓਪਨ ਯੂਨੀਵਰਸਿਟੀ ਦੀ ਵੀ ਗੱਲ ਕੀਤੀ ਗਈ ਹੈ ਸਿੱਖਿਆ ਨੀਤੀ ਵਿੱਚ ਉਚੇਰੀ ਸਿੱਖਿਆ ਵਿੱਚ ਰਸਮੀ ਸਿੱਖਿਆ ਦੇ ਨਾਲ ਨਾਲ ਗੈਰ ਰਸਮੀ ਸਿੱਖਿਆ ਜਿਵੇਂ ਦੂਰਵਰਤੀ ਸਿੱਖਿਆ ਡਿਸਟੈਂਸ ਐਜੂਕੇਸ਼ਨ ਸਵੈ ਅਧਿਆਨ ਪੱਤਰ ਵਿਹਾਰ ਕੋਰਸਪੋਂਡੈਂਸ ਕੋਰਸਸ ਸ਼ਾਮ ਦੀਆਂ ਜਮਾਤਾਂ ਓਪਨ ਯੂਨੀਵਰਸਿਟੀ ਵਿਸ਼ੇਸ਼ ਅਧਿਆਨ ਸੰਸਥਾਵਾਂ ਨੂੰ ਵਿਕਸਿਤ ਤੇ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸਿੱਖਿਆ ਜਿਹੜੀ ਉਹ ਸਾਰਿਆਂ ਤੱਕ ਪਹੁੰਚ ਸਕੇ ਫਿਰ ਨਵੋਦੇਆ ਸਕੂਲਾਂ ਦੀ ਗੱਲ ਹੈ ਇਹਦੇ ਵਿੱਚ ਕੌਮੀ ਸਿੱਖਿਆ ਨੀਤੀ ਹੈ ਜਿਹੜੀ ਉਸ ਦਾ ਫਾਇਦਾ ਇਹ ਕਿ ਇਹ ਵੀ ਆ ਕਿ ਇਹਦੇ ਵਿੱਚ ਸੈਕੰਡਰੀ ਸਿੱਖਿਆ ਦਾ ਤੇਜ਼ੀ ਨਾਲ ਪ੍ਰਸਾਰ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ ਇਸ ਮੰਤਵ ਦੀ ਪੂਰਤੀ ਲਈ ਸਾਰੇ ਦੇਸ਼ ਵਿੱਚ ਨਵੋਦੇਆ ਸਕੂਲ ਖੋਲ੍ਹੇ ਜਾਣ ਦੀ ਵਿਵਸਥਾ ਕੀਤੀ ਗਈ ਹੈ ਇਨ੍ਹਾਂ ਸਕੂਲਾਂ ਵਿੱਚ ਪਿੰਡੂ ਖੇਤਰਾਂ ਦੇ ਹੁਣ ਹਰ ਬੱਚਿਆਂ ਨੂੰ ਸਿੱਖਿਆ ਮਹੱਈਆ ਕਰਾਉਣ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਨਾਲ ਹੀ ਇਹ ਸਕੂਲਾਂ ਦੇ ਬੱਚਿਆਂ ਨੂੰ ਭਾਰਤ ਦਰਸ਼ਨ ਦੇ ਉਦੇਸ਼ ਨਾਲ ਵਕ-ਵਕ ਸਕੂਲਾਂ ਵਿੱਚ ਤਵਾਦਲਾ ਕਰਕੇ ਸਿੱਖਿਆ ਦਿੱਤੇ ਜਾਣ ਦੀ ਵਿਵਸਥਾ ਵੀ ਕੀਤੀ ਗਈ ਹੈ ਜਿਸ ਨਾਲ ਰਾਸ਼ਟਰੀ ਏਕਤਾ ਨੂੰ ਮਜ਼ਬੂਤੀ ਮਿਲੇਗੀ ਫਿਰ ਹੈਗਾ ਅਧਿਆਪਕ ਸਖਲਾਈ ਟੀਚਰ ਐਂਡ ਟ੍ਰੇਨਿੰਗ ਤੇ ਜ਼ੋਰ ਨੀਤੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਅਧਿਆਪਕਾਂ ਦੀ ਕਾਰਜ ਪ੍ਰਣਾਲੀ ਨੂੰ ਹੋਰ ਵਧੀਆ ਬਣਾਇਆ ਜਾਵੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਰੂਰੀ ਹੈ ਕਿ ਅਧਿਆਪਕਾਂ ਨੂੰ ਨਿਯੁਕਤ ਕੀਤਾ ਜਾਵੇ ਜਿਹੜੇ ਪੜਾਉਣ ਦੇ ਮੁੱਖ ਉਦੇਸ਼ ਨੂੰ ਕੀਤੇ ਮੁੱਖ ਆਦੇਸ਼ ਬਣਾ ਕੇ ਕੀਤੇ ਨੂੰ ਆਪਣਾ ਆਪਣਾ ਕੇ ਚੱਲਣਗੇ ਨੀਤੀ ਇਸ ਗੱਲ ਦੀ ਵਿਵਸਥਾ ਕਰਦੀ ਹੈ ਕਿ ਅਧਿਆਪਕਾਂ ਨੂੰ ਵਪਾਰ ਦੀ ਅਧਿਆਪਕਾਂ ਜਿਹੜੇ ਉਹਨਾਂ ਦਾ ਸਮਾਜਿਕ ਰੁਤਬਾ ਜਿਹੜਾ ਉੱਚਾ ਬਣਿਆ ਹੋਣਾ ਚਾਹੀਦਾ ਤੇ ਜਿਹੜੇ ਅਧਿਆਪਕਾਂ ਨੂੰ ਜਿਹੜਾ ਆਪਣਾ ਅਧਿਆਪਕ ਅਧਿਆਪਨ ਆ ਉਸ ਨੂੰ ਵਪਾਰ ਵਜੋਂ ਨਹੀਂ ਲੈਣਾ ਚਾਹੀਦਾ ਡਾਟਾ ਅਤੇ ਸਕੈਂਡਰੀ ਟੈਨੇ ਕਾਲਜਾਂ ਦਾ ਜਿਹੜਾ ਇਹ ਪ੍ਰਬੰਧ ਕਰਨ ਦੀ ਗੱਲ ਕੀਤੀ ਗਈ ਆ ਇਸ ਤਰ੍ਹਾਂ ਨਾਲ ਜਿਹੜੀ ਸਿੱਖਣ ਸਿਖਾਉਣ ਪ੍ਰਕਿਰਿਆ ਏ ਉਹ ਮਜ਼ਬੂਤ ਬਣੇਗੀ ਤਾਂ ਇਹ ਸਿਗੀਆਂ ਮੈਰਿਟਸ ਜਾਂ ਗੁਣ ਕਹਿ ਲਓ ਸਿੱਖਿਆ ਨੀਤੀ ਦੇ ਇਸ ਤੋਂ ਬਾਅਦ ਅਸੀਂ ਲਿਮਿਟੇਸ਼ਨਸ ਕਰਦੇ ਹਾਂ ਕਿ ਸਿੱਖਿਆ ਨੀਤੀ ਦੀਆਂ ਸੀਮਾਵਾਂ ਕਿਹੜੀਆਂ-ਕਿਹੜੀਆਂ ਨੇ ਨੰਬਰ 1 ਤੇ ਨੈਗਲੈਕਟਿੰਗ ਦਾ ਨਾਇਬਰਹੂਡ ਕੰਟੈਕਟ ਕਨਸੈਪਟ ਗਵਾਂਡ ਸੰਕਲਪ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸਿੱਖਿਆ ਨੀਤੀ ਨੇ ਕੋਠਾਰੀ ਕਮਿਸ਼ਨ ਦੇ ਅਕੋਰਡਿੰਗ ਜਿਹੜਾ ਗਰੀਬ ਦੇ ਅਮੀਰ ਦੇ ਅੰਤਰ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਹੈ ਉਸ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਹੈ ਨੈਗਲੈਕਟ ਕੀਤਾ ਹੈ ਤਾਂ ਇੱਥੇ ਇਹਦੀ ਕਮੀ ਆ ਫਿਰ ਹੈ ਬੇਸਿਕ ਸਿੱਖਿਆ ਲਈ ਕੋਈ ਸਥਾਨਨੀ ਸਿੱਖਿਆ ਨੀਤੀ ਵਿੱਚ ਬੇਸਿਕ ਸਿੱਖਿਆ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਹਾਲਾਂਕਿ ਰਾਸ਼ਟਰੀ ਆਜ਼ਾਦੀ ਦੇ ਸੰਘਰਸ਼ ਵਿੱਚ ਇਸ ਦੀ ਅਹਿਮ ਭੂਮਿਕਾ ਸੀ ਫਿਰ ਨਿਗਰਾਨੀ ਦਾ ਨਾ ਹੋਣਾ ਨੋ ਸੁਪਰਵੀਜ਼ਨ ਕੌਮੀ ਸਿੱਖਿਆ ਨੀਤੀ ਵਿੱਚ ਨਿਗਰਾਨੀ ਦੇ ਦੇਖਭਾਲ ਬਾਰੇ ਕੋਈ ਖਾਸ ਵਿਵਸਥਾ ਨਹੀਂ ਕੀਤੀ ਗਈ ਕੇਂਦਰੀ ਤੇ ਰਾਜ ਸਰਕਾਰਾਂ ਦੀ ਇਸ ਵਿੱਚ ਕੀ ਭੂਮਿਕਾ ਹੋਵੇਗੀ ਇਸ ਵਿੱਚ ਵਿਸ਼ੇਸ਼ ਨਹੀਂ ਲਿਖਿਆ ਗਿਆ ਮੌਜੂਦਾ ਸਮੀਖਿਆ ਇਸ ਦੀ ਹੋਰ ਜ਼ਿਆਦਾ ਲੋਡ ਸੀ ਕਿਉਂਕਿ ਇਹ ਨਿਸ਼ਚਿਤ ਹੁੰਦਾ ਹੈ ਕਿ ਅਧਿਆਪਕ ਪੜ੍ਹਾਏ ਬੱਚੇ ਪੜ੍ਹਨ ਅੱਗੇ ਹੈਗਾ ਅਧਿਆਪਨ ਅਤੇ ਸਾਜੋ-ਸਮਾਨ ਨੀਤੀ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਅਧਿਆਪਨ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇ ਖੋਜ ਅਤੇ ਕਾਢਾਂ ਨੂੰ ਸਿੱਖਿਆ ਦਾ ਅਹਿਮ ਅੰਗ ਬਣਾਇਆ ਜਾਵੇ ਪਰ ਸਾਰੇ ਦੇਸ਼ ਵਿੱਚ ਅਧਿਆਪਨ ਅਤੇ ਸਾਜੋ-ਸਮਾਨ ਦੀ ਪੂਰੀ ਤਰ੍ਹਾਂ ਨਾਲ ਘਾਟ ਹੈ ਇਸ ਸਵਾਰੇ ਸਿੱਖਿਆ ਨੀਤੀ ਨੇ ਕੋਈ ਵਿਸ਼ੇਸ਼ ਸੁਝਾਅ ਨਹੀਂ ਦਿੱਤਾ ਫਿਰ ਹੈ નો ਟਾਈਮ ਬਾਉਂਡ ਸਮਾਵਧ ਨਹੀਂ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕੌਮੀ ਸਿੱਖਿਆ ਨੀਤੀ ਵਿੱਚ ਜਿਹੜਾ ਉਦੇਸ਼ਾਂ ਦੀ ਪ੍ਰਾਪਤੀ ਦੀ ਗੱਲ ਕੀਤੀ ਗਈ ਹੈ ਉਹਨਾਂ ਦਾ ਕੋਈ ਸਮਾਵਧ ਨਹੀਂ ਕੀਤਾ ਗਿਆ ਸਿੱਖਿਆ ਵਿੱਚ ਸੁਧਾਰ ਕਰਨ ਦੀ ਲੋੜ ਹੈ ਪਰ ਸਦਾਰ ਕਦੋਂ ਤੱਕ ਕਰ ਲਏ ਜਾਣਗੇ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਫਿਰ ਹੈ ਅਧਿਕਾਰੀਆਂ ਦੀ ਬਹੁਤ ਸੰਖਿਆ ਨੀਤੀ ਵਿੱਚ ਰਾਜ ਸਿੱਖਿਆ ਸਲਾਹਕਾਰ ਬੋਰਡ ਜ਼ਿਲ੍ਹਾ ਪ੍ਰਸ਼ੀਧ ਭਲਾਈ ਸੰਸਥਾ 'ਵਾਂ ਜ਼ਿਲ੍ਹਾ ਸਿੱਖਿਆ ਬੋਰਡ ਦੀ ਸਥਾਪਨਾ ਕੀਤੀ ਜਾਵੇ ਇਹ ਸਾਰੇ ਵਿਭਾਗਾਂ ਦੀ ਪ੍ਰਭਾਵਿਤ ਉਮੀਦ ਨਹੀਂ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਇਹਨਾਂ ਵਿੱਚ ਅਧਿਕਾਰੀਆਂ ਦੀ ਬਹੁਤ ਸੰਖਿਆ ਮੌਜੂਦ ਸੀ ਅੱਗੇ ਹੈਗਾ ਮਾਨਸਿਕ ਸਿਹਤ ਦੇ ਅਨ ਦੇਖੀ ਕੌਮੀ ਸਿੱਖਿਆ ਨੀਤੀ ਵਿੱਚ ਪਹਿਲੀ ਵਾਰ 1968 ਵਿੱਚ ਜਦੋਂ ਇਸ ਦਾ ਐਲਾਨ ਕੀਤਾ ਗਿਆ ਤਾਂ ਵੀ ਇਸ ਦੀ ਦੋ ਵਾਰ ਸਮੀਖਿਆ ਕੀਤੀ ਗਈ 1986 ਤੇ ਫਿਰ 1992 ਵਿੱਚ ਇਨਾ ਸਾਰੇ ਸਾਲਾਂ ਦੌਰਾਨ ਸਿੱਖਿਆ ਵਿੱਚ ਬਹੁਤੀ ਵੱਡੀ ਤਬਦੀਲੀ ਨਹੀਂ ਹੋਈ ਹਾਲਾਂਕਿ ਮਾਨਸਿਕ ਸਿਹਤ ਬਾਰੇ ਨੀਤੀ ਦੀ ਵੱਖਰੇ ਦੌਰ ਤੇ ਕੋਸ਼ਿਸ਼ਾਂ ਕੀ ਕੌਮੀ ਕਾਰਜ ਦੇ ਦੌਰਾਨ ਕਰ ਦਿੱਤੀ ਗਈ ਪਰ ਫਿਰ ਵੀ ਮਾਨਸਿਕ ਸਿਹਤ ਦੇ ਖੇਤਰ ਵਿੱਚ ਹੋਇਆ ਅਜਿਹਾ ਕੋਈ ਵਿਕਾਸ ਅੱਜ ਤੱਕ ਇਸ ਨੀਤੀ ਦਾ ਹਿੱਸਾ ਨਹੀਂ ਬਣ ਸਕਿਆ ਫਿਰ ਹੈ ਮੋਰ ਸਟ੍ਰੈਸ ਔਨ ਸਕੂਲ ਐਜੂਕੇਸ਼ਨ ਭਾਰਤ ਵਿੱਚ ਸਿੱਖਿਆ ਆਰੰਭ ਤੋਂ ਹੀ ਕਾਰਜ ਅਤੇ ਇਸ ਨੂੰ ਕਰ ਸਕਣ ਵਾਲੇ ਹੱਥਾਂ ਦਾ ਫਰਕ ਘਟਾਉਣ ਹਜ਼ਾਰ ਵੱਜੋਂ ਸਮਝੀ ਜਾਂਦੀ ਰਹੀ ਹੈ ਇਸ ਲਈ ਸਿੱਖਿਆ ਦੇ ਵੱਖ-ਵੱਖ ਪੱਧਰਾਂ ਉੱਪਰ ਧਿਆਨ ਕੇਂਦ੍ਰਿਤ ਕਰਨ ਦੀ بجائے ਸਿੱਖਿਆ ਨੀਤੀ ਦਾ ਧਿਆਨ ਮੁੱਢਲੀ ਤੇ ਸੈਕੰਡਰੀ ਸਿੱਖਿਆ ਉੱਪਰ ਹੀ ਰਿਹਾ ਹੈ ਫਿਰ ਇਹ ਸਿੱਖਿਆ ਦਾ ਵਪਾਰੀਕਰਨ ਜਿਹੜੀ 1986 ਦੀ ਸਿੱਖਿਆ ਨੀਤੀ ਆ ਇਹਦੇ ਵਿੱਚ ਜਿਹੜੇ ਉੱਭਰਦੇ ਖੇਤਰਾਂ 'ਚ ਸੂਚਨਾ ਟੈਕਨੋਲੋਜੀ ਨੂੰ ਉਤਸ਼ਾਹ ਮਿਲਿਆ ਇਨਾਂ ਖੇਤਰਾਂ ਵਿੱਚ ਅੱਗੇ ਜਾ ਕੇ ਉਛਾਲ ਆਇਆ ਤੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਨਿੱਜੀ ਹਿੱਸੇਦਾਰੀ ਖਾਸ ਕਰਕੇ ਸਮਰੱਥਾ ਵਧਾਉਣ ਲਈ ਖੁੱਲ ਗਿਆ ਹਾਲਾਂਕਿ 1986 ਦੀ ਨੀਤੀ ਸਿੱਖਿਆ ਦੇ ਵਪਾਰੀ ਕਰਨ ਖਿਲਾਫ ਬੋਲਦੀ ਹੈ ਫਿਰ ਵੀ ਜਿਹੜੇ ਨਿੱਜੀ ਇੰਜੀਨੀਅਰਿੰਗ ਤੇ ਮੈਡੀਕਲ ਕਾਲਜ ਸਿੱਖਿਆ ਦੇ ਧੁਮਾਕੇ ਨੇ ਸਿਰਫ ਕੈਪੀਟੇਸ਼ਨ ਫੀਸਾਂ ਦੇ ਖਾਤੇ ਨੂੰ ਹੀ ਨਹੀਂ ਵਧਾਇਆ ਸਭੋ ਸਿੱਖਿਆ ਦਾ ਜਿਹੜਾ ਵਪਾਰੀ ਕਰਨ ਉਹ ਵੀ ਸ਼ੁਰੂ ਕਰ ਦਿੱਤਾ ਤਾਂ ਇਹ ਸੀਗੀ ਸਿੱਖਿਆ ਨੀਤੀ ਜਿਹੜੀ ਕਿ ਇਹਦੀਆਂ ਗੁਣ ਦੇ ਔਗਣ ਇੱਕ ਕ੍ਰਿਟੀਕਲ ਰੀਡਿੰਗ ਆ ਇਹ ਸਿੱਖਿਆ ਨੀਤੀ ਦੀ ਤੁਹਾਨੂੰ ਕੁਐਸਚਨ ਆਉਂਦਾ ਹੈ ਕ੍ਰਿਟੀਕਲ ਰੀਡਿੰਗ ਬਾਰੇ ਤਾਂ ਤੁਸੀਂ ਇਹ ਗੁਣ ਤੇ ਔਗਣ ਦੋਨੇ ਹੀ ਲਿਖਣੇ ਲੌਂਗ ਕੁਐਸਚਨ ਦੇ ਵਿੱਚ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਫੇਰ ਨੈਕਸਟ ਟਾਪਿਕ ਨਾਲ ਮਿਲਾਂਗੇ ਓਕੇ ਥੈਂਕਸ